सांझा मुलाजिम मंच पंजाब वे यूटी की तरफ से दिए गए आदेशों पर आज प्रदेश भर में कार्यालयों के मुलाजिमों द्वारा सरकार की मुलाजिम विरोधी नीतियों के खिलाफ रोष व्यक्त करते हुए विशाल मोटरसाइकिल रैली निकाली गई। इसी के तहत जिला पठानकोट के लगभग 65 कार्यालयों वे पंजाब पेंशनर एसोसिएशन की तरफ से काले कपड़े पहनकर वे हाथों में काले झंडे पकड़कर सरकार के खिलाफ नारेबाजी की गई। ਸਾਂਝੇ ਮੁਲਾਜ਼ਮ ਫਰੰਟ ਵੱਲੋਂ ਅੱਜ 26 ਤਰੀਕ ਨੂੰ ਮੋਟਰਸਾਈਕਲ ਰੈਲੀ ਦੀ ਕਾਲ ਕੀਤੀ ਗਈ ਸੀ। ਪਿਛਲੇ ਕਈ ਦਿਨਾਂ ਤੋਂ ਅਸੀਂ ਸੰਘਰਸ਼ ਦੀ ਰਾਹ ਤੇ ਚੱਲ ਰਹੇ ਹਾਂ। ਪੰਜਾਬ ਦੀਆਂ ਸਾਰੀ ਜਥੇਬੰਦੀਆਂ ਅੱਜ ਸਾਂਝੇ ਮੁਲਾਜ਼ਮ ਫਰੰਟ ਨਾਲ ਇਕੱਠੀਆਂ ਹੋ ਕੇ ਸੰਘਰਸ਼ ਦੇ ਰਾਹ ਤੇ ਚਲੀਆਂ ਹੋਈਆਂ ਔਰ ਅੱਜ ਪਠਾਨਕੋਟ ਜ਼ਿਲ੍ਹੇ ਨੇ ਮੋਟਰਸਾਈਕਲ ਰੈਲੀ ਕੱਢੀ ਹੈ। ਬੜੇ ਸ਼ਾਂਤਮਈ ਢੰਗ ਨਾਲ ਅਸੀਂ ਆਪਣੀ ਰੈਲੀ ਲੈ ਕੇ ਅੱਜ ਗਾਂਧੀ ਚੌਂਕ 'ਚ ਪਹੁੰਚੇ ਹਾਂ ਔਰ ਸਰਕਾਰ ਦਾ ਪਿੱਠ ਸਿਆਪਾ ਕਰ ਰਹੇ ਹਾਂ, ਕਿਉਂ ਜੋ ਸਰਕਾਰ ਦੇ ਕੰਨਾਂ 'ਤੇ ਜੂ ਨਹੀਂ ਸਰਕ ਰਹੀ। ਇਹ ਹਾਕਮ ਜਿਹੜਾ ਗੁੰਗਾ ਤੇ ਬੋਲਾ ਇਹਦੇ ਕੰਨਾਂ ਨੂੰ ਜਗਾਉਣ ਲਈ ਅੱਜ ਸਾਰੇ ਸਾਥੀ ਇੱਕ ਮੰਚ ਤੇ ਇਕੱਠੇ ਹੋਏ ਆ ਔਰ ਪੰਜਾਬ ਸਰਕਾਰ ਦਾ ਨਿਰੰਤਰ ਵਿਰੋਧ ਕੀਤਾ ਜਾ ਰਿਹਾ। ਰੋਸ ਵਜੋਂ ਅੱਜ ਸਾਨੂੰ ਸੜਕਾਂ ਤੇ ਆਉਣਾ ਪੈ ਰਿਹਾ, ਜਦੋਂ ਕਿ ਸਾਡਾ ਕੰਮ ਜਨਤਾ ਦੀ ਸੇਵਾ ਕਰਨਾ, ਪਰ ਕੀ ਕਰੀਏ, ਬਿਨਾਂ ਰੋਇਆ ਤੇ ਮਾਂ ਵੀ ਦੁੱਧ ਨਹੀਂ ਦਿੰਦੀ। ਇਸ ਕਰਕੇ ਅੱਜ ਸਾਨੂੰ ਸੜਕਾਂ ਤੇ ਆ ਕੇ ਰੋਣਾ ਪੈ ਰਿਹਾ ਔਰ ਇਹ ਸਰਕਾਰ ਲਈ ਬੜੀ ਸ਼ੇਮਫੁਲ ਗੱਲ ਹੈ। ਜੇ ਅਜੇ ਵੀ ਸਰਕਾਰ ਦੇ ਕੰਨ ਨਾ ਖੁੱਲ੍ਹੇ ਤਾਂ ਅੱਗੇ ਸੰਘਰਸ਼ ਹੋਰ ਤਿੱਖਾ ਕੀਤਾ ਜਾ ਰਿਹਾ। 14 ਮੰਗਾਂ ਦੀ ਜਿਹੜੀ ਲਿਸਟ ਹੈ ਉਹ ਸਰਕਾਰ ਕੋਲ ਜਾ ਚੁੱਕੀ ਹੈ, ਜਿਹਦੇ 'ਚ DA ਹੈ, ਪੇ ਕਮਿਸ਼ਨ ਹੈ, ਪੈਨਸ਼ਨ ਦੀ ਮੰਗ ਹੈ, 10-300 ਦੀ ਪ੍ਰਥਾ ਬੰਦ ਕਰਨ ਦੀ ਮੰਗ ਹੈ ਔਰ ਉਹਦੇ ਨਾਲ ਨਾਲ 14 ਮੰਗਾਂ ਦੀ ਲਿਸਟ ਹੈ ਜਿਹੜੀ ਸਰਕਾਰ ਕੋਲ ਪਈ ਹੋਈ ਹੈ। ਕਈ ਮੰਗਾਂ ਮੰਨ ਕੇ ਵੀ ਨੋਟੀਫਿਕੇਸ਼ਨ ਨਹੀਂ ਕੀਤੀ ਗਈ ਔਰ ਅੱਜ ਮੈਂ ਇਸ ਮੰਚ ਤੋਂ ਸਰਕਾਰ ਨੂੰ ਚੇਤਾਵਨੀ ਦਿੰਦਾ ਕਿ ਜੇ ਉਹਨੇ ਅਜੇ ਵੀ ਇਹ ਮੰਗਾਂ ਨਾ ਮੰਨੀਆਂ ਤੇ ਆਉਣ ਵਾਲੇ ਸਮੇਂ 'ਚ ਇਹਦਾ ਨਤੀਜਾ ਉਹਨੂੰ ਭੁਗਤਣਾ ਪਏਗਾ 4 ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ। ਪੰਜਾਬ ਦੇ ਸਾਂਝਾ ਮੁਲਾਜ਼ਮ ਮੋਰਚੇ ਵੱਲੋਂ ਕਾਲ ਇੱਕ ਅਸੀਂ ਪਹਿਲੇ 17 ਤੇ 18 ਨੂੰ ਸਰਕਾਰ ਨੂੰ ਚੇਤਾਵਨੀ ਲਈ ਧਰਨੇ ਦਿੱਤੇ ਸੀਗੇ, ਪਰ ਸਰਕਾਰ ਦੇ ਕੰਨ 'ਚ ਕੋਈ ਜੂ ਨਹੀਂ ਸਿਰਕੀ। ਅੱਜ ਅਸੀਂ ਮਜਬੂਰ ਵਸ਼ ਹੋ ਗਏ 26 ਤਰੀਕ ਨੂੰ ਇੱਕ ਮੋਟਰਸਾਈਕਲ ਰੈਲੀ ਬਾਜ਼ਾਰ ਦੇ ਵਿੱਚ ਕੱਢੀ ਹੈ ਤਾਂ ਜੋ ਆਮ ਜਨਤਾ ਨੂੰ ਇਹ ਦੱਸਿਆ ਜਾ ਸਕੇ ਕਿ ਸਰਕਾਰ ਦਾ ਮੁਲਾਜ਼ਮ ਦੇ ਪ੍ਰਤੀ ਕੀ ਵਤੀਰਾ ਹੈ। ਸਰਕਾਰ ਦਾ ਹਰ ਮੁਲਾਜ਼ਮ ਦਾ ਪੰਜਾਬ ਸਰਕਾਰ ਦੇ ਵੱਲ 1.5 ਤੋਂ 2 ਲੱਖ ਰੁਪਈਆ ਬਕਾਇਆ ਹੈ, ਜੋ ਇੱਕ DA ਦੇ ਰੂਪ ਦੇ ਵਿੱਚ ਸਰਕਾਰ ਦੇ ਘਰ ਪਿਆ ਹੈ। ਸਾਡੀ ਪਹਿਲੀ ਮੰਗ ਹੈ ਕਿ ਉਹ DA ਜਲਦੀ ਤੋਂ ਜਲਦੀ ਰਿਲੀਜ਼ ਕੀਤਾ ਜਾਵੇ। ਦੂਸਰੀ ਸਾਡੀ ਮੰਗ ਇਹ ਆ ਕਿ ਜਿਹੜਾ ਸਾਡਾ ਪੇ ਕਮਿਸ਼ਨ ਹੈ 2006 ਤੋਂ ਬਹਿਣਾ ਸੀਗਾ, ਉਹਦੀ ਰਿਪੋਰਟ ਜਲਦੀ ਤੋਂ ਲਾਗੂ ਕੀਤੀ ਜਾਵੇ। ਇਸਦੇ ਨਾਲ ਹੀ ਜਿਹੜੇ ਪੁਰਾਣੇ ਪੈਨਸ਼ਨ ਸਕੀਮ ਬੰਦ ਕਰਕੇ, ਪੁਰਾਣੀ ਪੈਨਸ਼ਨ ਸਕੀਮ ਚਾਲੂ ਕਰਕੇ ਜਿਹੜੀ ਨਵੀਂ ਪੈਨਸ਼ਨ ਸਕੀਮ ਦਾ ਇੱਕ ਬੋਝ ਅਤੇ ਇੱਕ ਕਾਲਾ ਕਾਨੂੰਨ ਜਿਹੜਾ ਮੁਲਾਜ਼ਮ ਦੇ ਉੱਪਰ ਥੋਪਿਆ ਗਿਆ ਹੈ, ਇਸ ਨੂੰ ਜਲਦੀ ਤੋਂ ਜਲਦੀ ਕੈਂਸਲ ਕਰਕੇ ਪੁਰਾਣੀ ਸਕੀਮ ਲਾਗੂ ਕੀਤੀ ਜਾਵੇ। ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਹੋਰ ਤਿੱਖਾ ਕਰਾਂਗੇ। ਇਨਡੈਫੀਨੇਟ ਜਿਹੜੀ ਸਾਡੀ ਸਟ੍ਰਾਈਕ ਹੈ ਉਹੀ ਚਾਲੂ ਕਰ ਸਕਦੇ ਹਾਂ, ਜਿਹਦਾ ਨੁਕਸਾਨ ਸਿੱਧਾ ਤੋਂ ਸਿੱਧਾ ਸਰਕਾਰ ਦਾ ਨੁਕਸਾਨ, ਸਿੱਧੇ ਜ਼ਿੰਮੇਵਾਰੀ ਸਰਕਾਰ ਦੀ ਹੋਵੇ। ਪੰਜਾਬ ਮੁਲਾਜ਼ਮ ਮੰਚ ਦੇ ਵਿੱਚ ਪੰਜਾਬ ਸਰਕਾਰ ਦੇ ਸਮੁੱਚੇ ਡਿਪਾਰਟਮੈਂਟ ਦੇ 70 ਕਰਮਚਾਰੀ ਦਲ ਅੱਜ ਇਸ ਮੋਰਚੇ ਦੇ ਵਿੱਚ ਉਹਨਾਂ ਦੀ ਲੀਡਰਸ਼ਿਪ ਸ਼ਾਮਿਲ ਆ। ਉਹਦੇ ਨਾਲ ਪੈਨਸ਼ਨ ਅਤੇ ਪੰਜਾਬ ਸਰਕਾਰ ਦੀਆਂ ਪੈਨਸ਼ਨ ਜਥੇਬੰਦੀਆਂ, ਉਹਨਾਂ ਦੀ ਲੀਡਰਸ਼ਿਪ ਸਾਡੇ ਨਾਲ ਸ਼ਾਮਿਲ ਆ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਾਦਾਦ ਹੋਰ ਵੀ ਵੱਧ ਸਕਦੀ ਆ, ਕਿਉਂਕਿ ਮੁਲਾਜ਼ਮਾਂ ਦੇ ਅੰਦਰ ਸਰਕਾਰ ਦੇ ਪ੍ਰਤੀ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ। ਇਹ ਸਰਕਾਰ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਮੰਨੀਆਂ ਹੋਈਆਂ ਮੰਗਾਂ ਲਾਗੂ ਕਰੇ। ਰੋਸ ਪ੍ਰਗਟ ਵਜੋਂ ਅੱਜ ਅਸੀਂ ਜੁਗਿਆਲ ਤੋਂ ਅਸੀਂ ਇੱਕ ਮੋਟਰਸਾਈਕਲ ਰੈਲੀ ਸ਼ੁਰੂ ਕੀਤੀ ਸੀ, ਜਿਹਦੇ ਵਿੱਚ 400 ਮੋਟਰਸਾਈਕਲ ਜੁਗਿਆਲ ਤੋਂ
200 मोटरसाइकिल डीएसी कंपलैक्स मलकपुर से शुरू करके अज असी बाजार दे विचों कढ़िया है। असी नहीं चाहते कि असी आम जनता नूं या सरकार का समय व्यर्थ करिए या अपना समय व्यर्थ करिए, पर मजबूरी बस सानूं इह कारण इह स्टैप चकना पिया। सानूं मीटिंग जल्द तो जल्द चंडीगढ़ विखे हुण जा रही है, जो साडी स्टेट सूबा सानूं डायरैक्शन देगी उह असी मीडिया 'च वी सांझी कर देंगे, तो सी आई डी या जो भी है डिपार्टमेंट है उन्होंने भी सांझी करके सारे इसका सूचित कर दिया जाए।